ਹਾਂ ਦੋਸਤੋ, ਸਤਿ ਸ਼੍ਰੀ ਅਕਾਲ ਦੋਸਤੋ। ਇਸ ਟਾਈਮ ਅਸੀਂ ਹਾਂ ਸ਼ਹਿਰ ਮੋਹਾਲੀ ਦੇ ਵਿੱਚ। ਮੋਹਾਲੀ ਦਾ ਇਹ 8ਵੇਂ ਦਾ ਇੱਕ ਰੋਡ ਹੈ। ਇਸ ਰੋਡ 'ਤੇ ਹੈ ਗੁਰਦੁਆਰਾ ਸਾਹਿਬ, ਠੀਕ ਹੈ ਜੀ, ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲਿਖਿਆ ਹੋਇਆ ਹੈ ਸਾਹਮਣੇ, ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਫੇਸ 8। ਇੱਥੇ ਪਿੰਡ ਹੋਏ ਕਰਦਾ ਸੀ ਕਿਸੇ ਟਾਈਮ, ਜਦੋਂ ਸ਼ਹਿਰ ਮੋਹਾਲੀ ਬਣਿਆ ਉਦੋਂ ਇਹ ਪਿੰਡ ਬਿਲਕੁਲ ਖਤਮ ਹੋ ਗਿਆ। 47 ਤੋਂ ਪਹਿਲਾਂ ਇਸ ਜਗ੍ਹਾ 'ਤੇ ਰਹਿੰਦੇ ਹੁੰਦੇ ਸੀ। ਤੌਣੀ ਗੋਦ ਦੇ ਰਾਜਪੂਤਾਂ ਦਾ ਪਿੰਡ ਹੁੰਦਾ ਸੀ, ਠੀਕ ਹੈ ਜੀ। ਚੱਲਾਂਗੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ, ਤੁਹਾਨੂੰ ਦਿਖਾਵਾਂਗੇ ਅੰਦਰ। 47 ਦੇ ਟਾਈਮ ਦਾ ਇੱਕ ਖੂਹ ਬਚਦਾ, ਬਾਕੀ ਗੁਰਦੁਆਰਾ ਸਾਹਿਬ, ਠੀਕ ਹੈ ਜੀ। ਅਤੇ ਪਿੰਡ ਹੁਣ ਰਿਹਾ ਨਹੀਂ, ਸਾਰਾ ਪਿੰਡ ਖਤਮ ਹੋ ਚੁੱਕਿਆ 47 ਦੇ ਟਾਈਮ। ਜੋ ਰਾਜਪੂਤ ਬਰਾਦਰੀ ਸੀ ਉਹ ਤਾਂ ਪਾਕਿਸਤਾਨ ਚਲੀ ਗਈ, ਅਤੇ ਬਾਕੀ ਪਿੰਡ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਪੰਜਾਬ ਦੇ ਹੋਰ ਵੱਖ ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਚਲੇ ਗਏ। ਅਤੇ ਹੁਣ ਬਸ ਇੱਥੇ ਲੰਬਿਆਂ ਦੇ ਵਿੱਚ ਸਿਰਫ ਇੱਕ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਠੀਕ ਹੈ ਜੀ। ਅੱਜ ਕੱਲ੍ਹ ਫੇਸ 8 ਬਣ ਗਿਆ ਹੈ, ਫੇਸ 8 ਮੋਹਾਲੀ। ਹਾਂਜੀ, ਇਹ ਅੰਦਰ ਦੇ ਦ੍ਰਿਸ਼ ਨੇ ਗੁਰਦੁਆਰਾ ਸਾਹਿਬ ਦੇ। ਅੱਜ ਕੱਲ੍ਹ ਇਹ 8 ਫੇਸ ਪੈਂਦਾ ਹੈ। ਆਏ ਤੁਸੀਂ ਅੰਦਰ ਤੋਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ, ਪਿੰਡ ਲੰਬਿਆਂ। ਪਤਾ ਨਹੀਂ ਕਿਉਂ ਵਾਰ ਵਾਰ ਨਿਕਲ ਹੀ ਜਾਂਦਾ ਸਾਡੇ ਮੂੰਹ ਤੋਂ ਪਿੰਡ ਲੰਬਿਆਂ, ਜਦਕਿ ਪਿੰਡ ਤਾਂ ਹੁਣ ਇੱਥੇ ਹੈ ਨਹੀਂ, ਠੀਕ ਹੈ ਜੀ। ਇਹ ਗੁਰਦੁਆਰਾ ਸਾਹਿਬ ਹੈ ਪਿੰਡ ਲੰਬਿਆਂ ਦਾ, ਅਸੀਂ ਅੰਦਰ ਹੈ ਇਸ ਟਾਈਮ ਗੁਰਦੁਆਰਾ ਸਾਹਿਬ ਦੇ, ਠੀਕ ਹੈ ਜੀ। ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਦੇ, ਠੀਕ ਹੈ ਜੀ। ਹਾਂ, ਅਸੀਂ ਬਿਲਕੁਲ ਲੰਗਰ ਹਾਲ ਦੇ ਉੱਤੇ, ਅਤੇ ਤੁਸੀਂ ਦੇਖ ਰਹੇ ਹੋ ਲੰਬਿਆਂ ਦਾ ਗੁਰਦੁਆਰਾ, ਠੀਕ ਹੈ ਜੀ। ਲੰਬਿਆਂ ਫੇਸ 8 ਦੇ ਵਿੱਚ ਅੱਜ ਕੱਲ੍ਹ, ਪਿੰਡ ਤਾਂ ਹੁਣ ਰਿਹਾ ਨਹੀਂ ਹੈਗਾ ਜਿਵੇਂ ਕਿ ਅਸੀਂ ਤੁਹਾਨੂੰ ਵਾਰ ਵਾਰ ਦੱਸ ਰਹੇ ਹਾਂ। ਅਤੇ ਇੱਥੇ ਗੁਰਦੁਆਰਾ ਸਾਹਿਬ ਹੈ, ਠੀਕ ਹੈ ਜੀ। ਉੱਪਰ ਤੋਂ ਦ੍ਰਿਸ਼ ਇੱਦਾਂ ਦੇ ਦਿਖਾਈ ਦੇ ਰਹੇ ਨੇ, ਠੀਕ ਹੈ ਜੀ। ਅਤੇ ਇੱਧਰ ਸ਼ਹਿਰ ਮੋਹਾਲੀ ਹੈ, ਠੀਕ ਹੈ ਜੀ, ਫੇਸ 8। ਦੂਰ ਤੱਕ ਬਿਲਡਿੰਗਾਂ ਹੀ ਹੈ ਬਣੀਆਂ ਹੋਈਆਂ, ਠੀਕ ਹੈ ਜੀ। ਬਸ ਇੱਕ ਖੂਹ ਰਹਿ ਗਿਆ ਪਿੰਡ ਲੰਬਿਆਂ ਦਾ, ਅਤੇ ਇੱਕ ਗੁਰਦੁਆਰਾ ਸਾਹਿਬ ਹੈ, ਠੀਕ ਹੈ ਜੀ। ਇੱਥੇ ਪਿੰਡ ਹੁੰਦਾ ਸੀ, ਇਹ ਪਿੰਡ ਦਾ ਖੂਹ ਹੈ, ਅੱਜ ਕੱਲ੍ਹ ਸ਼ਹਿਰ ਬਣ ਗਿਆ, ਠੀਕ ਹੈ ਜੀ। ਸ਼ਹਿਰ ਮੋਹਾਲੀ ਦੇ ਵਿੱਚ ਆ ਗਿਆ ਪਿੰਡ। ਪਿੰਡ ਦਾ ਹੁਣ ਕੋਈ ਘਰ ਹੈ ਨਹੀਂ ਇੱਥੇ, ਪਿੰਡ ਸੀ ਇਹ ਲੰਬਿਆਂ। 47 ਦੇ ਵੇਲੇ ਇਹ ਜ਼ਿਲ੍ਹਾ ਅੰਬਾਲੇ ਦਾ ਪਿੰਡ ਹੁੰਦਾ ਸੀ, ਅਤੇ ਤਹਿਸੀਲ ਸੀ ਇਹਦੀ ਖਰੜ। ਅਤੇ ਹੁਣ ਇੱਥੇ ਪਿੰਡ ਨਹੀਂ, ਹੁਣ ਇਹ ਸ਼ਹਿਰ ਬਣ ਗਿਆ, ਇਹ ਸ਼ਹਿਰ ਮੋਹਾਲੀ, ਠੀਕ ਹੈ ਜੀ। ਇਹ ਖੂਹ ਦੀ ਫੋਟੋ ਮੈਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੋਂ ਲੈ ਰਿਹਾ, ਠੀਕ ਹੈ ਜੀ।
ਦੇਖ ਰਹੇ ਹੋ ਤੁਸੀਂ ਨਗਰ ਖੇੜਾ ਪਿੰਡ ਲੰਬਿਆਂ। ਠੀਕ ਹੈ ਜੀ, ਠੀਕ ਹੈ ਜੀ, ਇਹਦੇ ਅੰਦਰ ਹੈ ਨਗਰ ਖੇੜਾ। ਠੀਕ ਹੈ ਜੀ, ਪਿੰਡ ਲੰਬਿਆਂ ਦਾ ਇਹ ਖੇੜਾ ਹੈ। ਠੀਕ ਹੈ ਜੀ, ਖੇੜਾ ਹੁੰਦਾ ਹੈ, ਇਹ ਇੱਕ ਸਮਾਧ ਦੀ ਤਰ੍ਹਾਂ ਬਣਾਇਆ ਜਾਂਦਾ ਜਦੋਂ ਪਿੰਡ ਬੰਨਦੇ, ਅਤੇ ਪਿੰਡ ਦੇ ਜਾਣੀ ਕਿ ਮੁੱਢ ਇੱਥੋਂ ਹੀ ਬੰਨਿਆ ਜਾਂਦਾ। ਠੀਕ ਹੈ ਜੀ, ਲੇਕਿਨ ਹੁਣ ਪਿੰਡ ਨਹੀਂ ਹੈ ਇੱਥੇ। ਠੀਕ ਹੈ, ਸਿਰਫ ਖੇੜਾ ਇੱਕ ਖੂਹ ਇਹੀ ਚੀਜ਼ ਬਚ ਰਹੀ ਹੈ। ਠੀਕ ਹੈ ਜੀ।